ਸਿਵਲ ਹਸਪੀਟਲ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ। ਦਰਅਸਲ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਇਸ ਵੇਲੇ ਜਿਹੜੀ ਤਸਵੀਰਾਂ ਨਿਕਲ ਕੇ ਆ ਰਹੀਆਂ ਉਹ ਆਪਣੇ ਆਪ 'ਚ ਪਰੇਸ਼ਾਨ ਕਰਨ ਵਾਲੀਆਂ। ਮੈਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਚਾਹੁੰਦਾ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸਿਵਲ ਹਸਪੀਟਲ ਦੀਆਂ ਮੈਡੀਸਨ ਵਾਰਡ ਹੈਗਾ ਵੈ, ਤੁਸੀਂ ਦੇਖ ਸਕਦੇ ਹੋ ਮੈਡੀਸਨ ਵਾਰਡ ਹੈ ਔਰ ਉਸਦੇ ਥੱਲੇ ਜ਼ਮੀਨ 'ਤੇ ਪਾਣੀ ਹੋਇਆ ਪਿਆ ਵੈ। ਤੁਸੀਂ ਦੇਖ ਸਕਦੇ ਹੋ ਇਹ ਵਾਰਡ ਦੇ ਅੰਦਰ ਪਾਣੀ ਜਾ ਚੁੱਕਾ ਵੈ। ਹਰੇਕ ਕੋਈ ਸ਼ਖਸ ਇਸ ਪਾਣੀ ਤੋਂ ਪਰੇਸ਼ਾਨ ਹੈ। ਬੈੱਡ ਦੇ ਨੀਚੇ ਪਾਣੀ, ਤੁਸੀਂ ਦੇਖ ਸਕਦੇ ਹੋ ਕਾਫੀ ਪਾਣੀ ਹੋ ਚੁੱਕਾ ਵੈ। ਇੱਥੇ ਲੋਕ ਜਿਹੜੇ ਗਰੀਬ ਲੋਕ ਹੁੰਦੇ ਨੇ ਉਹ ਇਲਾਜ ਕਰਾਉਣ ਵਾਸਤੇ ਆਉਂਦੇ ਨੇ, ਪਰ ਇਸ ਪਾਣੀ ਤੋਂ ਜੇਕਰ ਉਹ ਹੋਰ ਬਿਮਾਰ ਹੁੰਦੇ ਨੇ ਤਾਂ ਇੱਥੋਂ ਤੁਸੀਂ ਆਲਮ ਦੇਖ ਸਕਦੇ ਹੋ। ਮੈਮ ਇੱਥੇ ਪਾਣੀ ਆਇਆ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸਰ, ਬਹੁਤ ਨਾ ਹੀ ਬੰਦਾ ਕੋਈ ਰੋਟੀ ਲੈਣ ਜਾ ਸਕਦਾ ਨਾ ਹੀ ਦਵਾਈਆਂ ਲੈਣ ਵਾਸਤੇ, ਅਤੇ 3 ਘੰਟੇ ਹੋ ਗਏ ਨਾ ਕੋਈ ਸੁਣਵਾਈ ਕਰ ਰਹੇ ਨਾ ਕੁਛ, ਅਤੇ ਬਿਮਾਰ ਬੰਦਾ ਵਾਸ਼ਰੂਮ ਕਿੱਦਾਂ ਜਾਏਗਾ, ਗਿਰ ਜਾਏਗਾ ਹੋਰ ਪਾਸੇ ਪੱਟੀਆਂ ਹੋਣਗੀਆਂ। ਕੀ ਕਹਿ ਰਹੇ ਨੇ ਕਾਲੀ ਪਾਣੀ, ਇਹ ਪਤਾ ਨਹੀਂ ਟੂਟੀ ਵਗੈਰਾ ਖੋਲ੍ਹ ਗਿਆ, ਪਤਾ ਨਹੀਂ ਕੌਣ ਤੋੜ ਗਿਆ, ਪਤਾ ਨਹੀਂ ਪਿੱਛੋਂ, ਔਖਾ ਹੋਇਆ ਬਹੁਤ। ਬਿਲਕੁਲ ਤੁਸੀਂ ਦੇਖ ਸਕਦੇ ਹੋ ਉਹ ਤਸਵੀਰਾਂ ਵਾਰਡ ਦੀਆਂ, ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ 'ਤੇ ਕਿਸ ਤਰੀਕੇ ਨਾਲ ਪਾਣੀ ਹੋਇਆ ਪਿਆ ਵਾ ਔਰ ਲੋਕ ਇੱਥੇ ਇਲਾਜ ਕਰਾਉਣ ਵਾਸਤੇ ਆਏ ਹੋਏ ਨੇ। ਗੱਲ ਕਰਦੇ ਇਹਨਾਂ ਨਾਲ ਮਰੀਜ਼ਾਂ ਨਾਲ, ਸਰ ਕਿੱਥੋਂ ਆਏ ਹੋ, ਕਿੰਨੀ ਦੇਰ ਤੋਂ ਔਰ ਇਹ ਵਾਰਡ ਵਿੱਚ ਪਾਣੀ ਕਿਸ ਤਰੀਕੇ ਨਾਲ ਆਇਆ ਪਤਾ ਲੱਗਿਆ? ਇਹ ਕਹਿੰਦੇ ਪੈਪ ਉਪ ਲੀਕ ਹੋ ਗਿਆ ਜਾਂ ਅੰਦਰੋਂ ਟੂਟੀ ਟਾਟੀ ਟੁੱਟੀ ਆ, ਮੈਂ ਤਾਂ ਅੰਦਰ ਗਿਆ ਨਹੀਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੀ। ਠੀਕ ਹੈ, ਹਾਂਜੀ। ਇੱਥੇ ਕੱਲ੍ਹ ਹੀ ਆਏ ਹੋ? ਮੇਰੇ ਮੰਮੀ ਜ਼ਿਆਦਾ ਸੀਰੀਅਸ ਸੀ, ਬਿਮਾਰ ਸੀਗੇ, ਸਾਨੂੰ 4-5 ਦਿਨ ਆਇਆ ਨੂੰ ਹੋ ਗਿਆ, ਅੱਜ ਹੀ ਦਿੱਕਤ ਆਈ ਹੈ ਪਾਣੀ ਦੀ, ਪਾਣੀ ਲੀਕ ਹੋ ਰਿਹਾ। ਨੀਚੇ ਵੀ ਨਹੀਂ ਉੱਤਰ ਰਿਹਾ, ਉੱਤਰ ਜਾ ਰਿਹਾ? ਨਹੀਂ, ਪਾਣੀ ਬੂਟਾ 'ਚ ਪੈ ਜਾਣਾ ਜੀ, ਫਰਸ਼ 'ਤੇ ਦੇਖ ਸਕਦੇ ਹੋ ਤੁਸੀਂ। ਫਿਸਲਣ ਪੂਰੀ ਹੋਈ ਹੈ? ਹਾਂਜੀ ਫਿਸਲਣ ਪੂਰੀ ਹੈ। ਹਾਂਜੀ ਫਿਸਲਣ ਪੂਰੀ ਆ, ਬੰਦਾ ਡਿੱਗ ਸਕਦਾ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਫਿਸਲਣ ਪੂਰੀ ਹੈ, ਕੋਈ ਵੀ ਸ਼ਖਸ ਕੋਈ ਵੀ ਮਰੀਜ਼ ਡਿੱਗ ਸਕਦਾ ਵੈ। ਤੁਸੀਂ ਤਸਵੀਰਾਂ, ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਨੂੰ ਦਿਖਾਉਣ ਨੀਚੇ ਦੀਆਂ ਤਸਵੀਰਾਂ, ਨੀਚੇ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਹੋਇਆ ਪਿਆ ਵੈ ਔਰ ਇਹ ਪਾਣੀ ਬੈੱਡਾਂ ਦੇ ਨੀਚੇ ਹੈਗਾ ਵੈ। ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਜਿੱਥੇ ਬੈੱਡ ਦੇ ਉੱਤੇ ਮਰੀਜ਼ ਲੇਟੇ ਹੋਏ ਨੇ ਉਹਦੇ ਨੀਚੇ ਪਾਣੀ ਹੋਇਆ ਪਿਆ ਵੈ। ਤਸਵੀਰਾਂ ਤੁਹਾਨੂੰ ਅਸੀਂ ਹੋਰ ਦਿਖਾ ਦਿੰਦੇ, ਅੰਦਰ ਦੀ ਦਿਖਾ ਦਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪਾਣੀ ਹੋਇਆ ਪਿਆ ਵੈ। ਜਿੱਥੇ ਡਾਕਟਰ ਬੈਠਦੇ ਨੇ, ਜਿੱਥੇ ਮਰੀਜ਼ ਬੈਠਦੇ ਨੇ ਉੱਥੇ ਵੀ ਪਾਣੀ ਹੋਇਆ ਪਿਆ। ਮੈਮ ਇੱਥੇ ਪਾਣੀ ਬਹੁਤ ਹੋਇਆ ਪਿਆ ਵੈ, ਕਿਸ ਤਰੀਕੇ ਨਾਲ ਹੋਇਆ? ਮੈਮ ਤੁਸੀਂ ਅੰਦਰ ਕੋਈ, ਹਾਂਜੀ ਅੰਦਰ ਕੋਈ ਪਾਈਪ ਲੀਕ ਕਰ ਰਹੀ ਹੈ, ਬਾਲ ਟੁੱਟ ਗਿਆ ਵਾ ਜੀ। ਠੀਕ ਹੈ, ਤੇ ਆ ਪਾਣੀ ਵਾਰਡ ਦੇ ਅੰਦਰ ਵੀ ਜਾ ਚੁੱਕਾ ਵਾ? ਹਾਂਜੀ। ਮੈਂ ਮਰੀਜ਼ਾਂ ਨੂੰ ਵੀ ਵਾਰਨ ਕਰਤਾ ਕਿ ਨਾ ਉੱਤਰੋ ਨੀਚੇ ਬੈੱਡ ਤੋਂ। ਹਾਂਜੀ ਹਾਂਜੀ। ਕੀ ਕਿਹਾ ਵਾ ਉਹਨਾਂ ਨੂੰ? ਕਿਹਾ ਵੀ ਆਪਣਾ ਧਿਆਨ ਰੱਖਿਓ, ਵੀ ਕੋਈ ਗੱਲ ਨਹੀਂ, ਪਲੰਬਰ ਆ ਰਿਹਾ ਵਾ ਥੋੜੇ ਟਾਈਮ ਤੱਕ, ਉਹ ਕਰ ਦੇਗਾ ਬੰਦ ਆ ਕੇ। ਕਿੰਨੀ ਦੇਰ ਤੋਂ ਪਾਣੀ ਇੱਥੇ ਆ? 2 ਘੰਟੇ ਹੋਣ ਵਾਲੇ ਆ ਜੀ। ਤੁਹਾਨੂੰ ਵੀ ਦਿੱਕਤ ਹੋ ਰਹੀ ਹੈ? ਹਾਂਜੀ ਹਾਂਜੀ, ਮੈਨੂੰ ਮੈਡੀਸਨ ਕਰਨ 'ਚ ਦਿੱਕਤ ਹੋ ਰਹੀ ਹੈ ਜੀ, ਮੈਂ ਅੰਦਰ ਜਾਣਾ ਬਾਰ ਬਾਰ ਔਖਾ ਹੋ ਰਿਹਾ। ਕਾਫੀ ਦਿੱਕਤ? ਹਾਂਜੀ। ਬਿਲਕੁਲ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ 'ਤੇ ਪਾਣੀ ਹੋਇਆ ਪਿਆ, ਅੰਦਰ ਹਰੇਕ ਜਗ੍ਹਾ 'ਤੇ ਵਾਰਡ ਦੇ ਅੰਦਰ ਵੀ ਪਾਣੀ ਹੋ ਚੁੱਕਾ ਵੈ। ਡੇਂਗੂ ਵਾਰਡ ਹੈ, ਤੁਸੀਂ ਦੇਖ ਸਕਦੇ ਹੋ ਡੇਂਗੂ ਵਾਰਡ ਦੇ ਅੰਦਰ ਪਾਣੀ ਹੈਗਾ ਵੈ ਔਰ ਜਿਹੜੇ ਪਲੰਬਰ ਹੈਗੇ ਨੇ ਉਹ ਉਹਨਾਂ ਨੂੰ ਬੁਲਾਇਆ ਗਿਆ ਹੋਇਆ ਔਰ ਉਹਨਾਂ ਦੀ ਮਦਦ ਦੇ ਨਾਲ ਇਸ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਸਿਵਲ ਹਸਪੀਟਲ ਦੀਆਂ ਅੰਦਰ ਦੀਆਂ ਤਸਵੀਰਾਂ ਵੈ, ਤੁਸੀਂ ਦੇਖ ਸਕਦੇ ਹੋ ਜਿਸ ਬਾਥਰੂਮ 'ਚੋਂ ਪਾਣੀ ਆ ਰਿਹਾ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਥੋੜ੍ਹਾ ਸੰਭਲ ਕੇ ਅੱਗੇ ਜਾਣ ਕਿਉਂਕਿ ਪਾਣੀ ਬਹੁਤ ਹੈ, ਫਿਸਲਣ ਬਹੁਤ ਹੈ।
ਜਿਸ ਕਰਕੇ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਇੱਥੇ ਪਾਣੀ ਬਹੁਤ ਹੈ। ਜਿਸ ਜਗ੍ਹਾ ਤੋਂ ਪਾਣੀ ਆ ਰਿਹਾ ਤੁਸੀਂ ਦੇਖ ਸਕਦੇ ਹੋ, ਇਸ ਬਾਥਰੂਮ ਦੇ ਅੰਦਰੋਂ ਪਾਣੀ ਬਹੁਤ ਹੈ ਔਰ ਇਸ ਪਾਣੀ ਦੀ ਵਜ੍ਹਾ ਕਰਕੇ ਹੀ ਵਾਰਡ ਜਿਹੜੇ ਨੇ ਪੂਰੇ ਖਰਾਬ ਹੋ ਚੁੱਕੇ ਨੇ। ਵਾਰਡ ਦੇ ਅੰਦਰ ਪਾਣੀ ਹੋ ਚੁੱਕਾ ਵਾ, ਦੇਖ ਸਕਦੇ ਹੋ। ਇਹ ਉਸੀ ਬਾਥਰੂਮ ਦੀਆਂ ਤਸਵੀਰਾਂ ਮੈਂ ਜਿਸ ਬਾਥਰੂਮ ਦੇ ਜ਼ਰੀਏ ਇਸ ਪਾਣੀ ਦੀ ਚਪੇਟ ਦੇ ਵਿੱਚ ਜਿਹੜੇ ਵਾਰਡ ਆ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ। ਹੋਰ ਵਾਰਡ ਦੀਆਂ ਤਸਵੀਰਾਂ, ਲੋਕ ਪਰੇਸ਼ਾਨ ਨੇ ਕਾਫੀ, ਲੋਕਾਂ ਨਾਲ ਮਰੀਜ਼ਾਂ ਨਾਲ ਅਸੀਂ ਗੱਲ ਕੀਤੀ ਹੈ। ਸਰ ਤੁਸੀਂ ਇੱਥੇ ਠੀਕ ਕਰਨ ਆਏ ਹੋ, ਕੀ ਦਿੱਕਤ? ਮੈਂ ਇਲੈਕਟ੍ਰੀਸ਼ਨ ਹਾਂ, ਮੈਨੂੰ ਨਹੀਂ ਪਤਾ ਇਹਦੇ ਬਾਰੇ। ਮੈਂ ਇਲੈਕਟ੍ਰੀਸ਼ਨ ਹਾਂ ਉਰੇ, ਉਹ ਬਸ ਕੰਮ ਕਰ ਰਹੇ ਹਾਂ। ਉਹ ਕੀ ਕਰੀਏ, ਪਾਣੀ ਤਾਂ ਰੋਕਣਾ ਹੀ ਹੈ। ਅਤੇ ਇਹ ਦਿੱਕਤ ਕਾਹਦੇ ਕਿੱਦਾਂ ਆਈ ਹੈ, ਕੀ ਪਤਾ ਨਹੀਂ ਮੇਰੇ ਵੀਰੇ, ਮੈਂ ਇਲੈਕਟ੍ਰੀਸ਼ਨ ਹਾਂ ਉਰੇ, ਦੱਸਦਾ ਰਹੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਲੰਬਰ ਵੀ ਨਹੀਂ ਹੈ, ਇਲੈਕਟ੍ਰੀਸ਼ਨ ਦੀ ਮਦਦ ਦੇ ਨਾਲ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿਵਲ ਹੋਸਪਿਟਲ ਦੇ ਵਿੱਚ ਕਿਸ ਤਰੀਕੇ ਦੇ ਮੰਜ਼ਰ ਹੈ, ਕਿਸ ਤਰੀਕੇ ਦੀ ਤਸਵੀਰਾਂ ਹੈ, ਕਿ ਸਿਵਲ ਹੋਸਪਿਟਲ ਕਿਸ ਦੇ ਭਰੋਸੇ ਹੈ। ਲੁਧਿਆਣਾ ਤੋਂ ਰੋਹਿਤ ਗੋਲ, ਨਿਊਜ਼ 18।